ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਇਕ ਤੁਮਾਰਾ ਦਰਸ਼ਨ ਮੇਰਾ ਮਨ ਧੀਰੇ ਮੈਂ ਜਨ ਤੇਰਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ
ਗੁਰਾਂ ਦੀ ਸਾਜੀ ਨਵਾਜੀ ਸਾਹ ਸੰਗਤ ਜੀ ਉਹ ਵੱਡੇ ਭਾਗ ਆਪ ਨਹੀਂ ਆਉਂਦੇ ਗੁਰ ਤਾਂ ਗੱਦੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸੁਭਾਗਾ ਸਮਾਂ ਸੁਭਾਗੀਆਂ ਘੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਬੈਠਣ ਦੀਆਂ ਪ੍ਰਾਪਤ ਅੱਜ ਦਾ ਦਿਹਾੜਾ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਹੀ ਰਿਧੀਆਂ ਸਿੱਧੀਆਂ ਨੌ ਨਿਧੀਆਂ ਘਰ ਵਿੱਚ ਆ ਜਾਂਦੀਆਂ ਤੇਗ ਬਹਾਦਰ ਸਿਮਰਿਆ ਘਰ ਨੌ ਦਿਆ ਵੈ ਧਾਏ ਸਭ ਥਾਈ ਹੋਏ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੇਰੇ ਸਤਿਗੁਰੂ ਜੀ ਹਿੰਦ ਦੀ ਚਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਆਓ ਥੋੜਾ ਸਮਾਂ ਇੱਕ ਦੋ ਘੜੀਆਂ ਇਤਿਹਾਸ ਦੀਆਂ ਵਿਚਾਰਾਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਗੁਰੂਆਂ ਨੂੰ ਯਾਦ ਕਰਦੀਆਂ ਉਹ ਕਦੇ ਮਰਦੀਆਂ ਭਾਈ ਗੁਰਦਾਸ ਜੀ ਤਾਂ ਮਲਿਹਾਰੇ ਜਾਂਦੇ ਕਹਿੰਦੇ ਵੀ ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਦੇ ਮਲਿਹਾਰੇ ਜਾਂਦਾ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਭਰੋਸੇ ਨਾਲ ਆਪਣੇ ਗੁਰੂਆਂ ਦੇ ਗੁਰਪੁਰਬ ਮਨਾਉਂਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਆਓ ਇੱਕ ਦੋ ਘੜੀਆਂ ਕਿਵੇਂ ਮਹਾਰਾਜ ਹਿੰਦੂ ਧਰਮ ਨੂੰ ਬਚਾਉਣ ਲਈ ਮਹਾਰਾਜ ਨੂੰ ਬਲਿਦਾਨ ਦੇਣਾ ਪ੍ਰਗਟ ਕਿਵੇਂ ਹੋਏ ਇਤਿਹਾਸ ਤਾਂ ਬਹੁਤ ਵੱਡਾ ਉਹ ਸੰਖੇਪ ਦੇ ਵਿੱਚ ਸਾਧ ਸੰਗਤ ਜਦੋਂ ਮੱਖਣ ਸ਼ਾਹ ਲੁਬਾਣਾ ਉਹਦਾ ਜਹਾਜ਼ ਡੁੱਬਣ ਲੱਗਿਆ ਬੜੀਆਂ ਬੇਨਤੀਆਂ ਕੀਤੀਆਂ ਬੜਿਆਂ ਨੂੰ ਮਨਾਇਆ ਕਦੇ ਕਿਸੇ ਅੱਗੇ ਅਰਦਾਸ ਕੀਤੀ ਕਦੇ ਕਿਸੇ ਅੱਗੇ ਅਰਦਾਸ ਕੀਤੀ ਪਰ ਸਾਧ ਸੰਗਤ ਕੋਈ ਵੀ ਨਾ ਪਹੁੰਚਿਆ ਜਦੋਂ ਬੇੜਾ ਨੂੰ ਪਤਾ ਲੱਗ ਗਿਆ ਬੇੜਾ ਡੁੱਬੀ ਜਾਣਾ ਕੋਈ ਗੁਰੂ ਦਾ ਸਿੱਖ ਬੈਠਾ ਸੀ ਬੇੜੇ ਦੇ ਵਿੱਚ ਉਹ ਕਹਿਣ ਲੱਗਿਆ ਮੱਖਣ ਸ਼ਾਹ ਕਿੰਨਿਆਂ ਕਿੰਨਿਆਂ ਨੂੰ ਮਨਾ ਲਿਆ ਤੂੰ ਕਿੰਨੀਆਂ ਅਰਦਾਸਾਂ ਕੀਤੀਆਂ ਆਇਆ ਕੋਈ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਬੌੜਿਆ ਹੁਣ ਜੇ ਬੇੜੇ ਨੂੰ ਬਚਾਉਣਾ ਤਾਂ ਗੁਰੂ ਨਾਨਕ ਦੀ ਗੱਦੀ ਦੀ ਅਰਦਾਸ ਕਰ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰਾਖੀ ਸਭ ਤੋਂ ਵੱਡਾ ਗੁਰੂ ਨਾਨਕ ਸਾਹਿਬ ਸਤਿਕਾਰ ਸਾਰਿਆਂ ਦਾ ਪਰ ਮੱਖਣ ਸ਼ਾਹ ਜੇ ਤੂੰ ਬਚਣਾ ਨਾ ਬੇੜੇ ਨੂੰ ਬਚਾਉਣਾ ਤਾਂ ਗੁਰੂ ਨਾਨਕ ਦੀ ਗੱਦੀ ਦੀ ਅਰਦਾਸ ਕਰ ਜਿਹੜੇ ਵੀ ਹੁਣ ਗੱਦੀ ਤੇ ਬਿਰਾਜਮਾਨ ਹੋਣਗੇ ਉਹ ਤੇਰੀ ਸਹਾਇਤਾ ਕਰ ਬੜੇ ਗੁੱਗੇ ਭੈਰੋ ਪੀਰਾਂ ਨੂੰ ਮਨਾਇਆ ਪਰ ਕੋਈ ਨਾ ਬੌੜਿਆ ਅਖੀਰ ਨੂੰ ਗੁਰੂ ਨਾਨਕ ਦੀ ਗੱਦੀ ਦੀ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰਾ ਬੇੜਾ ਡੁੱਬਣ ਤੋਂ ਬਚਾ ਲਓ ਮਹਾਰਾਜ ਜੇ ਮੇਰਾ ਬੇੜਾ ਡੁੱਬਣ ਤੋਂ ਬਚਾ ਲਓਗੇ ਤਾਂ ਮੈਂ 500 ਸੋਨੇ ਦੀ ਮੋਹਰ ਆਪ ਜੀ ਦੇ ਭੇਟਾ ਕਰਾਂਗਾ ਸੁੱਖ ਲਈ 500 ਸੋਨੇ ਦੀ ਮੋਹਰ ਬੇਨਤੀਆਂ ਕਰਦਾ ਮੱਖਣ ਸ਼ਾਹ ਮਹਾਰਾਜ ਜੋ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਹਾਜ਼ਰ ਨਾਜ਼ਰ ਸਤਿਗੁਰੂ ਮੇਰਾ ਬੇੜਾ ਡੁੱਬਣ ਤੋਂ ਬਚਾ ਲਓ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਤ ਸੁਭਾਵੈ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਬਾਹਰ ਲੰਘਾਵੇ ਮੱਖਣ ਸ਼ਾਹ ਬੇਨਤੀਆਂ ਕਰਦਾ ਮੇਰਾ ਡੁੱਬਦਾ ਬੇੜਾ ਪਰ We'll be right back.
ਮੱਖਣ ਸ਼ਾਹ ਨੇ ਬੇਨਤੀਆਂ ਕੀਤੀਆਂ, ਬੇਨਤੀਆਂ ਪ੍ਰਵਾਨ ਹੋ ਗਈਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਬਾਬਾ ਬਕਾਲਾ ਸਾਹਿਬ ਭੋਰੇ ਚ ਬੈਠੇ ਨੇ, 26 ਸਾਲ 9 ਮਹੀਨੇ 13 ਦਿਨ ਮਹਾਰਾਜ ਨੇ ਤਪ ਕੀਤਾ। ਮਹਾਰਾਜ ਕੋਲ ਬੇਨਤੀ ਪਹੁੰਚੀ, ਮੋਢਾ ਲਾ ਕੇ ਮਹਾਰਾਜ ਨੇ ਬੇੜਾ ਪਾਰ ਕਰ ਦਿੱਤਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੱਖਣ ਸ਼ਾਹ ਦਾ ਬੇੜਾ ਡੁੱਬਣ ਤੋਂ ਬਚਾ ਲਿਆ। ਹੁਣ ਸੁਖੀ ਸੀ ਵੀ 500 ਸੋਨੇ ਦੀ ਮੋਹਰ ਮੈਂ ਮੱਥਾ ਟੇਕਾਂਗਾ। ਸਾਧ ਸੰਗਤ ਜਦੋਂ ਬਕਾਲੇ ਨਗਰ ਵਿੱਚ ਪਹੁੰਚਿਆ ਤਾਂ ਉਸ ਵੇਲੇ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 5 ਸਾਲ ਦੀ ਉਮਰ ਵਿੱਚ ਮਹਾਰਾਜ ਨੂੰ ਗੁਰਗੱਦੀ ਮਿਲੀ। 7 ਸਾਲ 'ਚ ਜੋਤੀ ਜੋਤ ਸਮਾ ਗਏ, 2 ਸਾਲ ਦਾ ਸਮਾਂ। ਜਿੰਨੀ ਦਿੱਲੀ ਦੀ ਚੇਚਕ ਮਹਾਰਾਜ ਨੇ ਆਪਣੇ ਸਰੀਰ ਤੇ ਲੈ ਲਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੀ ਛੋਟੀ ਉਮਰ ਦੇ ਵਿੱਚ ਕਿਸੇ ਨੂੰ ਇਹ ਉਪਾਧੀ ਨਹੀਂ ਮਿਲੀ, ਸ੍ਰੀ ਹਰਕ੍ਰਿਸ਼ਨ ਤੇ ਆਈ ਆ, ਜਿਸ ਡਿੱਠੇ ਸਭ ਦੁੱਖ ਜਾਏ। 7 ਸਾਲ ਦੀ ਉਮਰ ਨਾਮ ਲੈਣ ਦੇ ਨਾਲ ਹੀ ਸਾਰੇ ਦੁੱਖ ਦੂਰ ਹੋ ਜਾਂਦੇ। ਤੇ ਮਹਾਰਾਜ ਜਾਂਦੇ ਜਾਂਦੇ ਕਹਿ ਗਏ, ਸਿੱਖਾਂ ਨੇ ਪੁੱਛਿਆ ਮਹਾਰਾਜ ਕਿਹਦੇ ਲੜ ਲਾ ਕੇ ਚੱਲੇ ਹੋ? ਮਹਾਰਾਜ ਕਹਿੰਦੇ ਗੁਰੂ ਬਾਬੇ ਬਕਾਲੇ, ਕਿਉਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਬਾਬੇ ਲੱਗਦੇ ਸੀ ਦਾਦਾ ਜੀ ਗੁਰੂ ਤੇਗ ਬਹਾਦਰ ਮਹਾਰਾਜ। 26 ਸਾਲ 9 ਮਹੀਨੇ 13 ਦਿਨ ਮਹਾਰਾਜ ਤਪ ਕੀਤਾ, ਭੋਰੇ ਚ ਬੈਠੇ ਨੇ। ਹੁਣ ਅਸਲੀ ਗੁਰੂ ਤਾਂ ਭੋਰੇ ਚ ਬੈਠਾ ਤੇ ਨਕਲੀ ਬਾਹਰ ਬਹਿ ਕੇ 22 ਮੰਜੀਆਂ ਲਾ ਕੇ ਬੈਠ ਗਏ, 22 ਮੰਜੀਆਂ ਲਾ ਲਈ। ਹੁਣ ਮੱਖਣ ਸ਼ਾਹ ਨੇ ਸੋਚਿਆ ਵੀ ਗੁਰੂ ਤਾਂ ਇੱਕੋ ਹੀ ਹੁੰਦਾ, 22 ਗੁਰੂ ਤਾਂ ਕੋਈ ਨਹੀਂ ਹੁੰਦੇ, ਗੁਰੂ ਇੱਕੋ ਹੀ ਹੁੰਦਾ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ। ਸੰਤ ਬਹੁਤੇ ਹੋ ਸਕਦੇ, ਸੰਤ ਸਮੂਹ ਅਨੇਕ ਮਤੀ, ਪਰ ਗੁਰੂ ਇੱਕੋ ਹੀ ਹੁੰਦਾ, ਗੁਰੂ ਦੋ ਨਹੀਂ ਹੁੰਦੇ ਕਦੇ। ਹੁਣ ਮੱਖਣ ਸ਼ਾਹ ਕਹਿੰਦਾ ਵੀ ਗੁਰੂ ਤਾਂ ਇੱਕੋ ਹੀ ਹੈ ਤੇ 22 ਬੈਠੇ ਨੇ, ਉਹ ਹੋਵੇ ਤਾਂ ਇਹਨਾਂ ਗੁਰੂਆਂ ਦੀ ਪਰਖ ਨਾ ਕਰੀਏ। ਗੁਰੂ ਦੀ ਵੈਸੇ ਪਰਖ ਕਰਨੀ ਨਹੀਂ ਬਣਦੀ, ਗੁਰੂ ਦੀ ਪਰਖ ਨਹੀਂ ਕਰਨੀ ਚਾਹੀਦੀ, ਪਰ ਜਿਹੜੇ ਪਖੰਡੀ ਹੋਣ ਉਹਨਾਂ ਦੀ ਪਰਖ ਕਰਨੀ ਬਣਦੀ। ਹੁਣ 22 ਮੰਜੀਆਂ ਲਾ ਕੇ ਬੈਠੇ ਮੱਖਣ ਸ਼ਾਹ ਕਹਿੰਦਾ ਵੀ ਹੁਣ ਜਿਹੜਾ ਅਸਲੀ ਹੋਵੇਗਾ ਨਾ ਆਪਣੀ ਇਮਾਨਤ ਮੰਗ ਕੇ ਲਵੇਗਾ, 5-5 ਮੋਹਰਾਂ ਧਰ ਕੇ ਮੱਥਾ ਟੇਕਦਾ। ਹੁਣ 5-5 ਮੋਹਰਾਂ ਬਦਲੇ ਬੜੇ ਬੜੇ ਵਰ ਦਿੰਦੇ, ਮੱਖਣ ਸ਼ਾਹ ਤੇਰਾ ਬੇੜਾ ਪਾਰ, ਤੈਨੂੰ ਆਹ ਖੁਸ਼ੀ ਮਿਲੇਗੀ, ਤੈਨੂੰ ਉਹ ਖੁਸ਼ੀ ਮਿਲੇਗੀ, ਬੜੇ ਬੜੇ ਵਰ ਦਿੰਦੇ। ਮੱਖਣ ਸ਼ਾਹ ਦੇ ਮਨ ਦੀ ਕਿਸੇ ਨੇ ਨਾ ਬੁੱਝੀ, 22 ਜਣਿਆਂ ਨੂੰ 5-5 ਮੋਹਰਾਂ ਮੱਥਾ ਟੇਕ ਦਿੱਤੀਆਂ ਮੱਖਣ ਸ਼ਾਹ। ਅਖੀਰ ਨੂੰ ਉਦਾਸ ਹੋ ਗਿਆ, ਸੋਚਦਾ ਵੀ ਅਸਲੀ ਗੁਰੂ ਇੱਥੇ ਕਿੱਥੇ ਮਿਲੇਗਾ, ਇਹ ਤਾਂ ਨਕਲੀ ਬੈਠੇ ਨੇ, ਅਸਲੀ ਤਾਂ ਹੈ ਹੀ ਕੋਈ। ਹੁਣ ਗੁਰੂ ਸਾਹਿਬ ਮਹਾਰਾਜ ਭੋਰੇ ਚ ਬੈਠੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹ ਸੋਚਦੇ ਵੀ ਜੇ ਗੁਰੂ ਦੇ ਉੱਤੇ ਸਿੱਖ ਦੀ ਸ਼ੰਕਾ ਹੋ ਜਾਵੇ ਸਿੱਖ ਨਰਕਾਂ ਨੂੰ ਚਲਿਆ ਜਾਂਦਾ, ਇਹ ਤਾਂ ਬਹੁੜ ਪਿਤਾ ਕੋ ਲਾਜ, ਗੁਰੂ ਨੂੰ ਲਾਜ ਆ ਤੇ ਗੁਰੂ ਦਾ ਸਿੱਖ ਨਰਕਾਂ ਨੂੰ ਜਾਵੇ ਗੁਰੂ ਦੇ ਹੁੰਦਿਆਂ, ਇਹਨੂੰ ਬੁਲਾਉਣਾ ਹੀ ਪੈਣਾ। ਮਾਇਆ ਬਰਤਾਈ ਮਹਾਰਾਜ ਨੇ ਖਿੱਚ ਲਿਆ, ਭੋਰੇ ਦੇ ਕੋਲ ਆ ਗਿਆ, ਜਿਹੜੇ ਭੋਰੇ ਦੇ ਵਿੱਚ ਮਕਾਨ ਦੇ ਵਿੱਚ ਮਹਾਰਾਜ ਤਪ ਕਰਦੇ ਸੀ, ਦਰਵਾਜ਼ੇ ਕੋਲ ਆ ਕੇ ਖੜ ਗਿਆ। ਮਾਤਾ ਜੀ ਨੂੰ ਪੁੱਛਦਾ, ਮਾਤਾ ਜੀ 22 ਗੁਰੂਆਂ ਨੂੰ ਮੱਥਾ ਟੇਕ ਲਿਆ, ਹੋਰ ਵੀ ਕੋਈ ਹੈ ਅੰਸ ਬੰਸ ਚੋਂ ਗੁਰੂ ਦੀ ਕੋਈ ਇੱਥੇ? ਮੈਂ ਮਿਲਣਾ ਉਹਨਾਂ। ਮਾਤਾ ਜੀ ਕਹਿੰਦੇ ਮੈਂ ਪੁੱਛ ਲੈਂਦੀ ਹਾਂ। ਗੁਰੂ ਮਹਾਰਾਜ ਕੋਲ ਜਾ ਕੇ ਮਾਤਾ ਜੀ ਨੇ ਬੇਨਤੀ ਕੀਤੀ, ਇਸ ਤਰ੍ਹਾਂ ਕੋਈ ਸਿੱਖ ਆਇਆ ਆਪ ਜੀ ਦਾ ਦਰਸ਼ਨ ਕਰਨਾ ਚਾਹੁੰਦਾ। ਹੁਣ ਗੁਰੂ ਮਹਾਰਾਜ ਕਹਿੰਦੇ ਵੀ ਜੇ ਇਹਨੂੰ ਦਰਸ਼ਨ ਨਾ ਦਿੱਤੇ ਇਹਨੂੰ ਸ਼ੰਕਾ ਪੈ ਜਾਣੀ, ਸਾਰੀ ਉਮਰ ਸ਼ੰਕਾ ਰਹਿਣਗੀ, ਇਹਦੀ ਸ਼ੰਕਾ ਕੱਢਣ ਵਾਸਤੇ ਦਰਸ਼ਨ ਦੇਣੇ ਪੈਣਗੇ। ਮਹਾਰਾਜ ਕਹਿੰਦੇ ਭੇਜ ਦਿਓ ਅੰਦਰ।
ਸਾ ਸੰਗਤ ਮੱਖਣ ਸ਼ਾਹ ਭੋਰੇ 'ਚ ਚੱਲਿਆ ਗਿਆ। ਮਹਾਰਾਜ ਚਾਦਰ ਲੈ ਕੇ ਬੈਠੇ ਨੇ, ਚੌਂਕੜਾ ਲਾਇਆ, ਚਿਹਰੇ 'ਤੇ ਤੇਜ ਹੈ, ਜੋਤ ਜਗਦੀ ਹੈ, ਮਸਤਕ 'ਤੇ ਇੱਕ ਵੱਖਰਾ ਤੇਜ ਹੈ ਮਹਾਰਾਜ ਦੇ। 26 ਸਾਲ 9 ਮਹੀਨੇ 13 ਦਿਨ ਮਹਾਰਾਜ ਮਿਲੇ ਨਹੀਂ ਕਿਸੇ ਨੂੰ, ਤਪ ਕੀਤਾ ਲਗਾਤਾਰ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਆਨੰਦ ਆ ਗਿਆ। ਦਰਸ਼ਨ ਦੇਖਦੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਈਐ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਆਨੰਦ ਆ ਜਾਂਦਾ, ਗੁਰੂ ਦੇ ਦਰਸ਼ਨ ਕਰਕੇ ਆਨੰਦ ਆ ਗਿਆ। ਪਰ ਜੇ ਮਨ ਵਿੱਚ ਸ਼ੰਕਾ, ਸ਼ੰਕਾ ਕਾਹਦਾ ਵੀ ਅਸਲੀ ਕਿ ਨਕਲੀ ਹੈ। 5 ਮੋਹਰਾਂ ਧਰ ਕੇ ਮੱਥਾ ਟੇਕਿਆ ਮੱਖਣ ਸ਼ਾਹ ਨੇ, ਜਦੋਂ ਸਿਰ ਚੁੱਕਿਆ ਮਹਾਰਾਜ ਵੱਲ ਦੇਖਿਆ, ਮਹਾਰਾਜ ਮੁਸਕਰਾਉਂਦੇ ਨੇ, ਕਹਿੰਦੇ ਮੱਖਣ ਸ਼ਾਹ ਗੁਰੂ ਨੂੰ ਵੈਸੇ ਲੋੜ ਨਹੀਂ ਹੈ, ਗੁਰੂ ਤਾਂ ਦਾਤਾ, ਗੁਰਦਾਤਾ ਗੁਰ ਹੈ ਘਰ, ਗੁਰਦੀਪਕ ਤੇ ਲੋਏ ਅਮਰ ਪਦਾਰਥ, ਨਾਨਕਾ ਮਨ ਮਾਨਿਆ ਸੁਖ ਹੋਏ, ਜਿਤੜੇ ਫਲ ਮਨ ਬਾਂਛੀਆ ਤਿਤੜੇ ਸਤਿਗੁਰ ਪਾਸ, ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਆਈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦਿਆਂ ਤੋੜਨਾ ਵੀ ਗੰਤ ਭਰੇ ਭੰਡਾਰ। ਗੁਰੂ ਕੋਲ ਭੰਡਾਰੇ ਭਰਪੂਰ ਨੇ, ਗੁਰੂ ਨੂੰ ਲੋੜ ਨਹੀਂ ਕਿਸੇ ਚੀਜ਼ ਦੀ, ਕਿਸੇ ਵਸਤੂ ਦੀ ਲੋੜ ਨਹੀਂ। ਪਰ ਮੱਖਣ ਸ਼ਾਹ ਸੁਖੀ ਦਾ 500 ਪੂਰਾ। ਮੱਖਣ ਸ਼ਾਹ ਨੂੰ ਕਹਿੰਦੇ ਮਹਾਰਾਜ, ਕਹਿੰਦੇ ਸੁਖੀ ਦਾ ਤੂੰ 500 ਮੋਹਰਾਂ ਤੇ ਚੜ੍ਹਾਉਣ ਲੱਗਿਆ, 5 ਮੋਢੇ ਤੋਂ ਚਾਦਰ ਪਰੇ ਕੀਤੀ। ਕਹਿੰਦੇ ਮੱਖਣ ਸ਼ਾਹ ਆਹ ਦੇਖ ਲਾ, ਇਹਦਾ ਜ਼ਖਮ ਵੀ ਅੱਲਾ, ਰੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸ਼ੰਕਾ ਮਹਾਰਾਜ ਨੇ ਦੂਰ ਕੀਤਾ, ਮਨ ਦੀ ਬੁੱਝ ਲਈ, 500 ਮੋਹਰਾਂ ਮੰਗ ਕੇ ਲਈਆਂ, ਕਹਿੰਦੇ ਸੁਖੀ 500 ਹੈ ਤੂੰ ਤੇ ਚੜ੍ਹਾਉਣ ਲੱਗਿਆ 5 ਮੋਹਰਾਂ, ਜ਼ਖਮ ਵੀ ਦਿਖਾਇਆ, ਕਹਿੰਦੇ ਆਦਿ ਬੇੜਾ ਪਾਰ ਕੀਤਾ ਜ਼ਖਮ ਹੈ ਤੇਰੇ ਜਹਾਜ਼ ਨੂੰ ਜਦੋਂ ਮੋਢਾ ਲਾਇਆ। ਆਨੰਦ ਆ ਗਿਆ ਮੱਖਣ ਸ਼ਾਹ ਨੂੰ ਦਰਸ਼ਨ ਕਰਕੇ। ਸਾਧ ਸੰਗਤ ਜਦੋਂ ਗੁਰੂ ਦੇ ਦਰਸ਼ਨ ਕਰੀਏ ਨਾ, ਜਨਮਾਂ ਜਨਮਾਂ ਦੇ ਵਿਯੋਗ ਦੂਰ ਹੋ ਜਾਂਦੇ ਨੇ ਜਦੋਂ ਗੁਰੂ ਦੇ ਦਰਸ਼ਨ ਕਰੀਏ। ਮੱਖਣ ਸ਼ਾਹ ਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਲੈ ਜਾਣ ਵਿਯੋਗਾ ਜੀ ਦਰਸ਼ਨ ਕਰਕੇ ਗੁਰਾਂ ਦਾ ਕਰ। ਮਹਾਰਾਜ ਨੇ ਦੇਖਿਆ ਵੀ ਉਹਨੇ ਪ੍ਰਗਟ ਕਰੇਗਾ,
ਕਹਿੰਦੇ ਮੱਖਣ ਸ਼ਾਹ ਤੇਰੀ ਸ਼ਰਧਾ ਪੂਰੀ ਕਰ ਦਿੱਤੀ ਪਰ ਹੁਣ ਸਾਨੂੰ ਪ੍ਰਗਟ ਨਾ ਕਰੀ ਪ੍ਰਗਟ ਹੋਣ ਚ ਦੁੱਖ ਹੈ ਮਹਾਰਾਜ ਛੁਪ ਕੇ ਰਹਿਣਾ ਚਾਹੁੰਦੇ ਸੀ ਕਹਿੰਦਾ ਮਹਾਰਾਜ ਦੁਨੀਆਂ ਲੱਭਦੀ ਫਿਰਦੀ ਹੈ ਸੱਚੇ ਗੁਰੂ ਨੂੰ ਬਾਈ ਮੰਜੀਆਂ ਲਾ ਕੇ ਬੈਠੇ ਮਹਾਰਾਜ ਜਿਵੇਂ ਮੇਰੇ ਤੇ ਕਿਰਪਾ ਕੀਤੀ ਹੈ ਮੈਨੂੰ ਆਨੰਦ ਆਇਆ ਦਰਸ਼ਨ ਕਰਕੇ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਸੱਚਾ ਸਤਿਗੁਰੂ ਮਿਲ ਗਿਆ ਮੇਰੇ ਮਨ ਨੂੰ ਆਨੰਦ ਆ ਗਿਆ ਮਹਾਰਾਜ ਕਿਰਪਾ ਕਰ ਦਿਓ ਮਹਾਰਾਜ ਕਹਿੰਦੇ ਤੈਨੂੰ ਸਜ਼ਾ ਦੇਵਾਂਗੇ ਜੇ ਤੂੰ ਸਾਨੂੰ ਪ੍ਰਗਟ ਕੀਤਾ ਮਹਾਰਾਜ ਦੇ ਅੱਗੇ ਹੱਥ ਬੰਨ ਲਏ ਮੱਖਣ ਸ਼ਾਹ ਨੇ ਕਹਿੰਦਾ ਮਹਾਰਾਜ ਸਜ਼ਾ ਮਨਜ਼ੂਰ ਹੈ ਪਰ ਜਿਹੜੀ ਸੰਗਤ ਬਾਹਰ ਬੇਬਲ ਬੈਠੀ ਹੈ ਉਦਾਸ ਬੈਠੀ ਹੈ ਮਹਾਰਾਜ ਉਹਨੂੰ ਵੀ ਦਰਸ਼ਨ ਦਿਓ ਮੈਂ ਤਾਂ ਪ੍ਰਗਟ ਕਰਨਾ 500 ਸੋਨੇ ਦੀ ਮੋਹਰ ਅੱਗੇ ਮੱਥਾ ਟੇਕਿਆ ਵਾਰ ਵਾਰ ਨਮਸਕਾਰਾਂ ਕਰਦਾ ਭੋਰੇ ਦੀ ਛੱਤ ਤੇ ਚੜ੍ਹ ਗਿਆ ਮੱਖਣ ਸ਼ਾਹ ਛੱਤ ਤੇ ਚੜ੍ਹ ਕੇ ਹੋਕਾ ਦਿੰਦਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਭੁੱਲੀਏ ਸੰਗਤ
ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਬਿੰਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਵੱਡਿਆਂ ਭਾਗਾਂ ਤੁਰ ਭਾਗ ਵੱਡੇ ਹਰ ਪਾਇਆ ਵੱਡਿਆਂ ਭਾਗਾਂ ਨਾਲ ਗੁਰੂ ਮਿਲ ਗਿਆ ਗੁਰੂ ਮਿਲਣਾ ਮਹਾਂਪੁਰਖ ਦਾ ਮਿਲ ਜਾਣਾ ਇਹ ਬਹੁਤ ਵੱਡੇ ਭਾਗ ਨੇ ਕੋਈ ਬਖਸ਼ਿਆ ਮਹਾਂਪੁਰਖ ਮਿਲ ਜਾਵੇ ਬਹੁਤ ਵੱਡੇ ਭਾਗ ਨੇ ਕਲਯੁਗ ਦੇ ਵਿੱਚ ਬਹੁਤ ਔਖਾ ਸਤਿਕਾਰ ਸਾਰਿਆਂ ਦਾ ਪਰ ਅੱਜ ਦੇ ਸਮੇਂ ਜੇ ਕੋਈ ਕਹੀਏ ਵੀ ਕੋਈ ਬਖਸ਼ਿਆ ਹੋਇਆ ਮਿਲ ਜਾਵੇ ਬਹੁਤ ਔਖਾ ਸਾਧ ਸੰਗਤ ਲੱਖਾਂ ਕਰੋੜਾਂ ਚੋਂ ਕੋਈ ਇੱਕ ਮਹਾਂਪੁਰਖ ਹੁੰਦਾ ਜਿਹਨੂੰ ਰੱਬ ਕਿਰਪਾ ਦੇ ਕੇ ਭੇਜਦਾ ਆਸ਼ੀਰਵਾਦ ਦੇ ਕੇ ਵੀ ਜਾ ਤੇਰੇ ਕਰਕੇ ਸੰਗਤਾਂ ਦਾ ਆਧਾਰ ਹੋਣਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੋਟਨ ਮੈਂ ਨਾਨਕ ਤੂੰ ਨਾਰਾਇਣ ਜੇ ਜੀਤ ਕਰੋੜਾਂ ਚੋਂ ਕੋਈ ਇੱਕ ਆ ਜਿਹੜਾ ਨਾਰਾਇਣ ਦਾ ਬਣਦਾ ਜਗ ਮੈਂ ਉੱਤਮ ਕਾਢੀਏ ਬਿਰਲੇ ਕੀ ਬਿਰਲਾ ਹੁੰਦਾ ਕੋਈ ਉਹ ਕੋਈ ਮਹਾਂਪੁਰਖ ਬਿਰਲਾ ਹੁੰਦਾ ਮਹਾਂਪੁਰਖ ਦਾ ਮਿਲਣਾ ਹੀ ਬੜਾ ਔਖਾ ਪਹਿਲਾਂ ਤਾਂ ਗੁਰੂ ਨਹੀਂ ਮਿਲਦਾ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਗਏ ਤਾਂ ਸਾਧ ਸੰਗਤ ਕੋਈ ਬਖਸ਼ਿਆ ਹੋਇਆ ਅੱਛੀ ਰੂਹ ਜਦੋਂ ਕੋਈ ਮਿਲਦੀ ਹੈ ਨਾ ਅੱਛੀ ਰੂਹ ਕੋਈ ਮਿਲ ਜਾਵੇ ਬਖਸ਼ਿਆ ਤਾਂ ਬਹੁਤ ਜਲਦੀ ਬੰਦਾ ਪਰਮੇਸ਼ਰ ਨਾਲ ਜੁੜਦਾ ਸੰਤ ਸਾਂਗੇ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਮਹਾਂਪੁਰਖਾਂ ਦੇ ਨਾਲ ਜਦੋਂ ਸੰਗਤ ਕਰਦੇ ਹਾਂ ਗੁਰੂ ਦੇ ਗੁਣ ਗਾਉਂਦੇ ਹਾਂ ਤਾਂ ਨਾਮ ਮਿੱਠਾ ਲੱਗਦਾ ਸਗਲ ਸਮਗਰੀ ਏਕ ਸਕਸਮਾਇਨ ਕਰਾਂਗ ਨਾਨਾ ਦ੍ਰਿਸ਼ਟਾਏ ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾ ਸੁਨ ਸਮਾਦ ਅਨੰਤ ਨਾਲ ਕਹਿ ਨਾ ਜਾਈਏ ਚਰਜ ਬਿਸਮਾ ਤਿੰਨ ਦੇਖਿਆ ਜੇ ਸਾਫ ਦਿਖਾਏ ਨਾਨਕ ਭਜਨ ਸੋਝੀ ਪਾਏ ਜਿਹਨੇ ਗੁਰੂ ਨਾਨਕ ਦੇਖਿਆ ਉਹੀ ਦਿਖਾਏਗਾ ਜਿਹਨੇ ਰੱਬ ਦੇਖਿਆ ਉਹੀ ਰੱਬ ਦਿਖਾ ਸਕਦਾ ਅਨੇਕਾਂ ਰੂਪ ਨੇ ਉਹਦੇ ਅਨੇਕਾਂ ਨਾਮ ਨੇ ਪਰ ਸਾਧ ਸੰਗਤ ਰੱਬ ਸਾਹਮਣੇ ਆਉਂਦਾ ਬੈਠਾ ਵੀ ਅੰਦਰ ਹੀ ਹੈ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ ਫਰੀਦ ਸਾਹਿਬ ਕਹਿੰਦੇ ਰੱਬ ਅੰਦਰ ਬੈਠਾ ਸਰੀਰ ਦੇ ਪਰ ਜੇ ਮੁਰਸ਼ਦ ਨਾ ਮਿਲੇ ਤਾਂ ਅੰਦਰੋਂ ਪ੍ਰਗਟ ਹੀ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਓ ਮਹਾਂਪੁਰਖ ਇੱਕ ਧਾਰਨਾ ਪੜਿਆ ਕਰਦੇ ਸੀ ਕਹਿੰਦੇ ਰੱਬ ਦਾ ਬਖਸ਼ਿਆ ਹੋਵੇ ਕੋਈ ਮਿਲ ਜਾਵੇ ਨਾ ਤਾਂ ਤੂੰ ਵੀ ਬਖਸ਼ਿਆ ਜਾਵੇਂਗਾ ਤੂੰ ਵੀ ਰੱਬ ਨੂੰ ਮਿਲ ਜਾਵੇਂਗਾ ਮਿਲ ਜਾਵੇ ਜੇ ਕੋਈ ਰੱਬ ਦਾ ਆਪਣਾ
ਬਾਣੀ ਵਿੱਚ ਫਰਮਾਨ ਕਰਦੇ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ ਗੁਰੂ ਤੇ ਸੰਤ 'ਚ ਫਰਕ ਹੈ ਧਿਆਨ ਦੇਣਾ ਗੁਰੂ ਇੱਕ ਹੁੰਦਾ ਸੰਤ ਬਹੁਤ ਹੋ ਸਕਦੇ ਨੇ ਜਿਹੜੇ ਕਹਿੰਦੇ ਵੀ ਸੰਤ ਗੁਰੂ ਨਹੀਂ ਕਿਹਾ ਇਹ ਗਲਤ ਹੈ ਗੁਰੂ ਸੰਤ ਗੁਰੂ ਨਹੀਂ ਬਣਾ ਸਕਦਾ ਗੁਰੂ ਸੰਤ ਬਣਾ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ ਗੁਰੂ ਕੌਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਗੁਰੂ ਹੈ ਸੰਤ ਕੌਣ ਹੁੰਦੇ ਪ੍ਰਚਾਰ ਕਰਨ ਵਾਲੇ ਗੁਰਬਾਣੀ ਦੇ ਵਿੱਚ ਜੋ ਲਿਖਿਆ ਨਾ ਉਹਨੂੰ ਮੰਨਿਆ ਕਰੋ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ ਸੰਤਾਂ ਨੂੰ ਨਾਮ ਜਪਾਉਣ ਵਾਸਤੇ ਮਹਾਰਾਜ ਭੇਜਦੇ ਸੰਤਾਂ ਦਾ ਕੰਮ ਹੈ ਜੋੜਨਹਾਰਾ ਸੰਤ ਨਾਨਕ ਪਾਦਰ ਪਧਰੋ ਸੰਤਾਂ ਦਾ ਕੰਮ ਹੈ ਜੋੜਨਾ ਰੱਬ ਦੇ ਨਾਲ ਸੰਤ ਕੋਈ ਆਪਣੇ ਨਾਲ ਨਹੀਂ ਜੋੜਦੇ ਰੱਬ ਨਾਲ ਜੋੜਨਾ ਸੋ ਐਸਾ ਕੋਈ ਬਖਸ਼ਿਆ ਮਿਲ ਜਾਵੇ ਰੱਬ ਦਾ ਪਿਆਰਾ ਤਾਂ ਰੱਬ ਨਾਲ ਜੁੜਿਆ ਜਾਂਦਾ ਮੱਖਣ ਸ਼ਾਹ ਜੇ ਉਹਨੇ ਪੱਲਾ ਫੇਰਿਆ ਨਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਤਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਹੋ ਸਕਦਾ ਮਹਾਰਾਜ ਨੇ ਉਹਦਾ ਸ਼ੰਕਾ ਕੱਢ ਦਿੱਤਾ ਮਹਾਰਾਜ ਪ੍ਰਗਟ ਹੋ ਗਏ ਅੱਜ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਸ਼ਮੀਰ ਦੇ ਹਿੰਦੂ ਆਏ ਸੀ ਅੰਮ੍ਰਿਤ ਵੇਲਾ ਸੀ ਆਸਾ ਜੀ ਦੀ ਵਾਰ ਦਾ ਕੀਰਤਨ ਚੱਲ ਰਿਹਾ ਬੜੀ ਕਰੁਣਾਮਈ ਬਾਣੀ ਰਸ ਭਰੀ ਬਾਣੀ ਮਹਾਰਾਜ ਆਸਣ ਤੇ ਬੈਠੇ ਨੇ ਨੌ ਸਾਲ ਦੀ ਉਮਰ ਗੋਬਿੰਦ ਰਾਏ ਜੀ ਉਹ ਵੀ ਮਹਾਰਾਜ ਨਾਲ ਬੈਠੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬੈਠੇ ਮਹਾਰਾਜ ਤੇ ਕਸ਼ਮੀਰੀ ਪੰਡਿਤ ਜਿਹੜਾ ਵੀ ਪੰਡਿਤ ਆਉਂਦਾ ਮਹਾਰਾਜ ਨੂੰ ਮੱਥਾ ਟੇਕ ਕੇ ਰੋਣ ਲੱਗ ਜਾਂਦਾ ਜਿਹੜਾ ਵੀ ਆਉਂਦਾ ਮਹਾਰਾਜ ਨੂੰ ਮੱਥਾ ਟੇਕ ਕੇ ਰੋਣ ਲੱਗ ਜਾਂਦਾ ਕਰਣਾ ਰਸ ਆ ਗਿਆ ਸਾਰੀ ਸੰਗਤ ਦੇ ਵਿੱਚ ਵੀ ਇਹਨਾਂ ਨੂੰ ਕਿਹੜਾ ਦੁੱਖ ਹੈ ਕਿਉਂ ਰੋਂਦੇ ਨੇ ਜਿਹੜੇ ਬੰਦੇ ਦਾ ਧਰਮ ਜਾਂਦਾ ਹੋਵੇ ਰੋਣਾ ਵੀ ਸੱਚਾ ਸਾਧ ਸੰਗਤ ਮੁਖੀ ਪੰਡਿਤ ਅੱਗੇ ਆਇਆ ਕਹਿਣ ਲੱਗਿਆ ਮਹਾਰਾਜ ਬਖਸ਼ ਲਓ ਮਹਾਰਾਜ ਬਖਸ਼ ਲਓ ਮਹਾਰਾਜ ਕਹਿੰਦੇ ਕੀ ਦੁੱਖ ਹੈ ਭਾਈ ਕਹਿੰਦਾ ਵੀ ਔਰੰਗਜ਼ੇਬ ਸਾਨੂੰ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਮਹਾਰਾਜ ਨੌ ਸਾਲ ਦੀ ਉਮਰ ਹੈ ਗੋਬਿੰਦ ਰਾਏ ਜੀ ਕਹਿੰਦੇ ਪਿਤਾ ਜੀ ਕੀ ਦੁੱਖ ਹੈ ਇਹਨਾਂ ਨੂੰ ਕਹਿੰਦੇ ਔਰੰਗਜ਼ੇਬ ਮੁਸਲਮਾਨ ਬਣਾਉਣਾ ਚਾਹੁੰਦਾ ਕਹਿੰਦੇ ਪਿਤਾ ਜੀ ਫਿਰ ਹੱਲ ਕੀ ਹੈ ਇਹਦਾ ਕਹਿੰਦੇ ਕਿਸੇ ਮਹਾਂਪੁਰਖ ਨੂੰ ਸੀਸ ਦੇਣਾ ਪੈਣਾ ਬਲਿਦਾਨ ਦੇਣਾ ਪੈਣਾ ਨੌ ਸਾਲ ਦੀ ਉਮਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਾਂ ਦੇਣ ਨਹੀਂ ਦੇ ਸਕਦੇ ਮਹਾਰਾਜ ਦਾ ਮਹਾਰਾਜ ਵਰਗਾ ਦਾਨੀ ਕੋਈ ਨਹੀਂ ਹੋਇਆ ਨੌ ਸਾਲ ਦੀ ਉਮਰ ਵਿੱਚ ਪਿਤਾ ਨੂੰ ਕਹਿ ਦੇਣਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਦੁਨੀਆਂ ਤੇ ਕੋਈ ਹੋ ਨਹੀਂ ਸਕਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਮਹਾਰਾਜ ਦੀ ਦੇਣ ਨਹੀਂ ਦੇ ਸਕਦੇ ਮਹਾਰਾਜ ਵਰਗਾ ਦਾਨੀ ਪੁੱਤਰਾਂ ਦਾ ਦਾਨ ਕੀ ਪਹਿਲਾਂ ਪਿਤਾ ਦਾ ਦਾਨ ਕੀਤਾ ਨੌ ਸਾਲ ਦੀ ਉਮਰ ਦੇ ਵਿੱਚ ਆਪਣੇ ਧਰਮ ਵਾਸਤੇ ਤਾਂ ਹਰ ਕੋਈ ਕੁਰਬਾਨੀ ਕਰ ਜਾਂਦਾ ਪਰ ਦੂਜੇ ਦੇ ਧਰਮ ਵਾਸਤੇ ਹਿੰਦੂ ਧਰਮ ਵਾਸਤੇ ਸਾਧ ਸੰਗਤ ਮਹਾਰਾਜ ਬੜੇ ਖੁਸ਼ ਹੋਏ ਕੋਈ ਬੱਚਾ ਕਹਿੰਦਾ ਵੀ ਮੇਰਾ ਜਾਨ ਤੋਂ ਪਿਆਰਾ ਪਿਤਾ ਪਿਤਾ ਤੇ ਪੁੱਤਰ ਦਾ ਜਿਹੜਾ ਸੰਬੰਧ ਹੈ ਨਾ ਇਦੋਂ ਵੱਡੀ ਦੋਸਤੀ ਕੋਈ ਹੋ ਨਹੀਂ ਸਕਦੀ ਜੋ ਪਿਤਾ ਨੇ ਆਪਣੇ ਪੁੱਤਰ ਦਾ ਕਰ ਲੈਣਾ ਕੋਈ ਦੁਨੀਆਂ ਤੇ ਕਰ ਨਹੀਂ ਸਕਦਾ ਸਾਧ ਸੰਗਤ ਇੱਕ ਛਾਂ ਹੁੰਦੀ ਹੈ ਪਿਤਾ ਦੀ ਤੇ ਨੌ ਸਾਲ ਦੀ ਉਮਰ ਵਿੱਚ ਮਹਾਰਾਜ ਕਹਿ ਰਹੇ ਵੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਦੁਨੀਆਂ ਤੇ ਕੋਈ ਹੋ ਨਹੀਂ ਸਕਦਾ ਸਾਧ ਸੰਗਤ ਵਿਦਵਾਨਾਂ ਨੂੰ ਸੋਚ ਪੈ ਜਾਂਦੀ ਹੈ ਵੀ ਇਹ ਨੌ ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੰਨੀ ਗੱਲ ਕਹੀ ਮਹਾਰਾਜ ਬੜੇ ਖੁਸ਼ ਹੋਏ ਕਸ਼ਮੀਰੀ ਪੰਡਿਤਾਂ ਨੂੰ ਕਹਿ ਦਿੰਦਾ ਕਹਿੰਦੇ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਪੀਰ ਅਨੰਦਪੁਰ ਸਾਹਿਬ ਬੈਠਾ ਪਹਿਲਾਂ ਉਹਨੂੰ ਮੁਸਲਮਾਨ ਬਣਾ ਦਿਓ ਅਸੀਂ ਸਾਰੇ ਮੁਸਲਮਾਨ ਹੋ ਜਾਵਾਂਗੇ
ਕਸ਼ਮੀਰੀ ਪੰਡਤ ਬੜੇ ਖੁਸ਼ ਹੋਏ ਪੱਤਰਕਾਰ ਲਿਖ ਕੇ ਭੇਜ ਦਿੱਤੀ ਔਰੰਗਜ਼ੇਬ ਨੂੰ ਕਹਿਣ ਲੱਗੇ ਕਸ਼ਮੀਰੀ ਪੰਡਤ ਸਾਡਾ ਪੀਰ ਸਾਡਾ ਗੁਰੂ ਅਨੰਦਪੁਰ ਸਾਹਿਬ ਬੈਠਾ ਵੀ ਪਹਿਲਾਂ ਉਹਨੂੰ ਮੁਸਲਮਾਨ ਬਣਾਓ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ ਬੜਾ ਜ਼ਾਲਮ ਸੀ ਔਰੰਗਜ਼ੇਬ ਤੇ ਸਾਧ ਸੰਗਤ ਬਲਿਦਾਨ ਦੇਣਾ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਤੋਂ ਪੈਂਡਾ ਕਰਦੇ ਇਤਿਹਾਸ ਤਾਂ ਬੜਾ ਲੰਮਾ ਆਪਾਂ ਸੰਖੇਪ ਦੇ ਵਿੱਚ ਔਰੰਗਜ਼ੇਬ ਕੋਲ ਜਦੋਂ ਪਹੁੰਚੇ ਤਾਂ ਸਾਧ ਸੰਗਤ ਕਿਲੇ ਦੇ ਵਿੱਚ ਜਦੋਂ ਮਹਾਰਾਜ ਨੂੰ ਨਜ਼ਰਬੰਦ ਕੀਤਾ ਉੱਥੇ ਇੱਕ ਪ੍ਰੇਤ ਆਇਆ ਮਹਾਰਾਜ ਦੇ ਦਰਸ਼ਨ ਕੀਤੇ ਆਨੰਦ ਆ ਗਿਆ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੇਰਾ ਧਾਰ ਕਰੋ ਮਹਾਰਾਜ ਨੇ ਪ੍ਰੇਤ ਦਾ ਧਾਰ ਕੀਤਾ ਤੇ ਹੁਣ ਔਰੰਗਜ਼ੇਬ ਕਹਿਣ ਲੱਗਿਆ ਕਹਿੰਦਾ ਵੀ ਮੈਂ ਸਾਰੇ ਮੁਸਲਮਾਨ ਬਣਾ ਦੇਣਾ ਮਹਾਰਾਜ ਕਹਿੰਦੇ ਵੀ ਮੁਸਲਮਾਨ ਨਹੀਂ ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਤੂੰ ਇਹ ਕੰਮਾਂ 'ਚ ਨਾ ਪੈ ਅੱਲਾ ਦੇ ਕੰਮ ਪਰਮੇਸ਼ੁਰ ਦੇ ਕੰਮ ਉਹਨੂੰ ਕਰਨ ਦੇ ਪਰ ਬਾਦਸ਼ਾਹੀ ਹੰਕਾਰ ਤੇ ਸਾਧ ਸੰਗਤ ਮਹਾਰਾਜ ਨੂੰ ਤੰਗ ਪਿੰਜਰੇ 'ਚ ਨਜ਼ਰਬੰਦ ਕੀਤਾ ਤੇ ਉੱਧਰ ਜਦੋਂ ਵੀ ਕੋਈ ਦਿੱਲੀ ਦੇ ਵਿੱਚ ਗੁਰਸਿੱਖ ਪ੍ਰਸ਼ਾਦਾ ਬਣਾ ਕੇ ਮਹਾਰਾਜ ਨੂੰ ਚੇਤੇ ਕਰਦਾ ਸੀ ਮਹਾਰਾਜ ਉਹਦੇ ਘਰ ਪਹੁੰਚ ਜਾਂਦੇ ਸੀ ਔਰੰਗਜ਼ੇਬ ਨੂੰ ਸਿਪਾਹੀਆਂ ਨੇ ਕਿਹਾ ਵੀ ਤੁਸੀਂ ਤਾਂ ਕਹਿੰਦੇ ਹੋ ਪਿੰਜਰੇ 'ਚ ਨਜ਼ਰਬੰਦ ਆ ਉਹ ਤਾਂ ਸਿੱਖਾਂ ਦੇ ਘਰ ਪ੍ਰਸ਼ਾਦਾ ਛੱਕ ਕੇ ਫਿਰਦੇ ਕੋਤਵਾਲ ਨੂੰ ਬੁਲਾਇਆ ਔਰੰਗਜ਼ੇਬ ਨੇ ਕਹਿੰਦਾ ਵੀ ਤੇਰਾ ਬਾਲ ਬੱਚਾ ਮੈਂ ਧਾਨ ਕਰ ਦਿਆਂਗਾ ਸਾਰਾ ਪਰਿਵਾਰ ਸਜ਼ਾ ਦੇਵਾਂਗਾ ਮੈਂ ਮਹਾਰਾਜ ਨੂੰ ਛੱਡ ਦਿੰਦਾ ਉਹਦਾ ਪ੍ਰਸ਼ਾਦਾ ਛਕਦੇ ਫਿਰਦੇ ਸਿੱਖਾਂ ਦੇ ਘਰ ਕਹਿੰਦਾ ਮਹਾਰਾਜ ਨੰਗੀ ਤਲਵਾਰ ਦਾ ਪਹਿਰਾ ਸਿਪਾਹੀ ਖੜਾ ਮੈਂ ਦੇਣਦਾਰ ਹੋਵਾਂਗਾ ਜੇ ਮੈਂ ਛੱਡਿਆ ਹੋਵੇ ਤਾਂ ਜਦੋਂ ਕੋਤਵਾਲ ਨੇ ਪਿੰਜਰਾ ਦੇਖਿਆ ਪਿੰਜਰਾ ਖਾਲੀ ਮਹਾਰਾਜ ਪ੍ਰਸ਼ਾਦਾ ਛਕਦੇ ਸਿੱਖਾਂ ਦੇ ਘਰ ਕੋਤਵਾਲ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੀ ਲਾਜ ਰੱਖੋ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੇਰੇ ਪਰਿਵਾਰ ਨੂੰ ਬਚਾ ਲਓ ਮੈਨੂੰ ਬਚਾ ਲਓ ਮਹਾਰਾਜ ਜਦੋਂ ਕੋਤਵਾਲ ਨੇ ਬੇਨਤੀ ਕੀਤੀ ਮਹਾਰਾਜ ਫਿਰ ਦੁਆਰਾ ਪਿੰਜਰੇ 'ਚ ਆ ਕੇ ਗੱਜ ਕੇ ਆਖੋ ਸਤਨਾਮ ਕਹਿੰਦੇ ਕੋਤਵਾਲ ਤੂੰ ਡਰਨਾ ਤੈਨੂੰ ਕੁਛ ਨਹੀਂ ਹੋਣ ਦਿੰਦੇ ਆਸ਼ੀਰਵਾਦ ਦਿੱਤਾ ਮਹਾਰਾਜ ਨੇ ਕੋਤਵਾਲ ਨੂੰ ਕੋਤਵਾਲ ਨੇ ਮੱਥਾ ਟੇਕਿਆ ਕਹਿੰਦਾ ਔਰੰਗਜ਼ੇਬ ਦਾ ਕੱਖ ਨਾ ਰਹੇ ਮਹਾਰਾਜ ਤੁਹਾਨੂੰ ਨਜ਼ਰਬੰਦ ਕੀਤਾ ਕਹਿੰਦੇ ਕੋਤਵਾਲ ਸਾਨੂੰ ਨਜ਼ਰਬੰਦ ਨਹੀਂ ਕੋਈ ਕਰ ਸਕਦਾ ਦੇਖ ਤੂੰ ਤਲਵਾਰ ਨੰਗੀ ਤਲਵਾਰ ਦਾ ਪਹਿਰਾ ਲਾਇਆ ਫਿਰ ਵੀ ਅਸੀਂ ਸਿੱਖ ਦੇ ਘਰ ਪ੍ਰਸ਼ਾਦਾ ਛੱਕ ਕੇ ਆਏ ਕਹਿੰਦਾ ਮਹਾਰਾਜ ਤੁਸੀਂ ਪੂਰੇ ਗੁਰੇ ਗੁਰੇ ਜਦੋਂ ਕੋਈ ਅਰਦਾਸ ਕਰਦਾ ਸੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੀ ਭਾਵਨਾ ਪੂਰੀ ਕਰਨ ਵਾਸਤੇ ਸਿੱਖ ਦੇ ਘਰ ਜਾ ਕੇ ਪ੍ਰਸ਼ਾਦਾ ਵੀ ਛੱਕ ਜਾਂਦੇ ਸੀ ਫਿਰ ਮੁੜ ਕੇ ਪਿੰਜਰੇ 'ਚ ਆ ਜਾਂਦੇ ਸੀ ਗੱਜ ਕੇ ਆਖੋ ਸਤਨਾਮ ਐਵੇਂ ਨਹੀਂ ਅਰਦਾਸ ਵਿੱਚ ਕਿਹਾ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਧਾਰੇ ਸਭ ਸਾਈ ਹੋਏ ਸਹਾਇਆ ਪੜੋ ਪਿਆਰ ਦੇ ਨਾਲ ਸਾਰੇ ਤੇਗ ਬਹਾਦਰ ਸਿਮਰਿਆ
ਮਾਤਾ ਸਿਮਰੇ ਕਰ ਨੌ ਨਦਿਆ ਵੈ ਧਾਈ ਸਭ ਥਾਈ ਹੋਏ ਸਹਾਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਅੱਜ ਵੀ ਆਪਾਂ ਨਾਮ ਲੈ ਲਈਏ ਨਾ ਇੱਕ ਵਾਰੀ ਵੀ ਕਹਿ ਦਈਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਅੱਜ ਮਹਾਰਾਜ ਦਾ ਸ਼ਹੀਦੀ ਦਿਹਾੜਾ ਦਿਨ ਚ ਕੋਈ ਦੋ ਵਾਰੀ ਵੀ ਨਾਮ ਲੈ ਲੈ ਨਾ ਤਾਂ ਘਰ ਵਿੱਚ ਨੌ ਨਿਧੀਆਂ 18 ਸਿੱਧੀਆਂ ਆ ਜਾਂਦੀਆਂ ਅੱਜ ਕੀ ਆਖੋ ਸਤਨਾਮ ਗੁਰੂ ਦੀ ਉਸਤਤ ਕਰਨੀ ਚਾਹੀਦੀ ਹੈ ਹੁਣ ਲੋਕਾਂ ਦਾ ਇਹ ਹਾਲ ਹੈ ਵੀ ਆਂਡੇ ਕਿਤੇ ਤੇ ਕੁੜ ਕੁੜ ਕਿਤੇ ਕਿਰਪਾ ਤਾਂ ਗੁਰੂ ਨਾਨਕ ਸਾਹਿਬ ਕਰਨ ਕਿਰਪਾ ਕਰਨ ਗੁਰੂ ਤੇਗ ਬਹਾਦਰ ਮਹਾਰਾਜ ਅਸੀਂ ਤਾਂ ਪੀਰ ਨੂੰ ਮੰਨਦੇ ਹਾਂ ਉਹ ਗੱਲ ਨਹੀਂ ਬਣ ਗਈ ਇੱਕ ਦਾ ਬਣ ਕੇ ਰਹੋ ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ ਇੱਕੋ ਸਿਮਰੋ ਨਾਨਕਾ ਜਲ ਸਾ ਰਿਹਾ ਜਾਂ ਤਾਂ ਪੀਰ ਨੂੰ ਹੀ ਮੰਨ ਲਓ ਜਾਂ ਗੁਰੂ ਨੂੰ ਮੰਨ ਲਓ ਇੱਕ ਪਾਸੇ ਤਾਂ ਹੋ ਜਾਓ ਨਾ ਪਤਾ ਉਦੋਂ ਲੱਗਦਾ ਵੀ ਜਦ ਆਪਾਂ ਬਰਾਤ ਚੜ੍ਹਾਉਂਦੇ ਪਹਿਲਾਂ ਤਾਂ ਗੁਰੂ ਘਰ ਜਾ ਕੇ ਮੱਥਾ ਟੇਕ ਲਿਆ ਫਿਰ ਪੀਰਾਂ ਦੇ ਬਣ ਜਾਂਦੇ ਹਾਂ ਜਾ ਕੇ ਉਹ ਗੱਲ ਨਹੀਂ ਬਣਦੀ ਉਹ ਆਨੰਦ ਹੀ ਨਹੀਂ ਬਣਦਾ ਇੱਕ ਦੇ ਬਣ ਕੇ ਰਹੋ ਜਦੋਂ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਆਪਾਂ ਵੱਡੇ ਹੋ ਗਏ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਜੇ ਪ੍ਰਧਾਨ ਮੰਤਰੀ ਨੇ ਬੰਦੇ ਦੀ ਯਾਰੀ ਪਾਈ ਜੇ ਫਿਰ ਥੱਲੇ ਵਾਲੇ ਅਫਸਰ ਤੋਂ ਕੀ ਲੈਣਾ ਮਾੜਾ ਨਹੀਂ ਕਹਿਣਾ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਮੈਂ ਇੱਕ ਤੁਹਾਡੇ ਭਰੋਸੇ ਦੀ ਗੱਲ ਕਰਦਾ ਵੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ ਅਰਦਾਸ ਹੋ ਗਈ ਹੁਕਮਨਾਮਾ ਲਿਆ ਗਿਆ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਸਾਰੀ ਇੱਛਾ ਮਹਾਰਾਜ ਨੇ ਪੂਰੀਆਂ ਕਰਤੀਆਂ ਫਿਰ ਉੱਧਰ ਪੀਰ ਵਾਲੇ ਪਾਸੇ ਨੂੰ ਕੰਧ ਵੱਧ ਜਾਂਦੇ ਇਹਦਾ ਮਤਲਬ ਆਪਾਂ ਨੂੰ ਭਰੋਸਾ ਨਹੀਂ ਹੈ ਸਾਹ ਸੰਗਤ ਜਿੱਦਾਂ ਦਾ ਗੁੜ ਪਾਵਾਂਗੇ ਓਨਾ ਹੀ ਮਿੱਠਾ ਹੁੰਦਾ ਜੇ ਰੱਬ ਵੱਲ ਆਪਾਂ ਭਰੋਸਾ ਕਰਾਂਗੇ ਪਤਾ ਨਹੀਂ ਮਹਾਰਾਜ ਕੀ ਲਈ ਬੈਠੇ ਆਪਣੇ ਵਾਸਤੇ ਜਦ ਕਿਤੇ ਆਪਾਂ ਦੂਜੇ ਪਾਸੇ ਨੂੰ ਮੂੰਹ ਕਰਦੇ ਹਾਂ ਨਾ ਹੁਣ ਮੱਖਣ ਸ਼ਾਹ ਨੇ ਕਿੰਨੇ ਗੁੱਗੇ ਭੈਰੋ ਪੀਰਾਂ ਨੂੰ ਮਨਾਇਆ ਕੀਤਾ ਬੇੜਾ ਪਾਰ ਕਿਸੇ ਨੇ ਨਹੀਂ ਕੀਤਾ ਅਖੀਰ ਨੂੰ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੀ ਅਰਦਾਸ ਹੋਈ ਤੇ ਮਹਾਰਾਜ ਨੇ ਬੇੜਾ ਪਾਰ ਕੀਤਾ ਗੱਜ ਕੀ ਆਖੋ ਸਤਨਾਮ ਸਗਲਾ ਦੀਪ ਦੇ ਵਿੱਚ ਜਦੋਂ ਸਮੁੰਦਰ ਦੇ ਵਿੱਚ ਭਾਈ ਮਨਸੁਖ ਸ਼ਾਹ ਦਾ ਬੇੜਾ ਡੁੱਬਣ ਲੱਗਿਆ ਉਹਨੇ ਅਰਦਾਸ ਕੀਤੀ ਮਹਾਰਾਜ ਬਚਾ ਲਓ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਰ ਦੋ ਕਿਰਪਾ ਰਾਏ ਭੋਏ ਦੀ ਤਲਵੰਡੀ ਮਹਾਰਾਜ ਕਮਰੇ 'ਚ ਆਰਾਮ ਕਰਦੇ ਹੁਣ ਮਾਤਾ ਤਾਂ ਸੋਚਦੀ ਵੀ ਕਿਤੇ ਆਰਾਮ ਕਰਦੇ ਨੇ ਪਰ ਉੱਧਰ ਧੰਨ ਗੁਰੂ ਤੇਗ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਨਸੁਖ ਸ਼ਾਹ ਦਾ ਮਹਾਰਾਜ ਨੇ ਬੇੜਾ ਪਾਰ ਕੀਤਾ ਗੱਜ ਕੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬੇੜਾ ਗੁਰੂ ਨੇ ਪਾਰ ਕਰਨਾ ਕਿਸੇ ਹੋਰ ਨੇ ਬੇੜਾ ਪਾਰ ਨਹੀਂ ਕਰਨਾ ਨਾ ਕਿਸੇ ਬੰਦੇ ਨੇ ਬੇੜਾ ਪਾਰ ਕਰਨਾ ਇਹ ਵੀ ਯਾਦ ਰੱਖਣਾ ਸਰੀਰ ਨਾਲ ਕਦੇ ਨਹੀਂ ਜੁੜਨਾ ਚਾਹੀਦਾ ਜੋਤ ਨਾਲ ਜੁੜੋ ਜੋਤ ਗੁਰੂ ਨਾਨਕ ਦੀ ਕੰਮ ਜੋਤ ਨੇ ਕਰਨਾ ਸਤਿਕਾਰ ਕਰੋ ਮਹਾਂਪੁਰਖ ਦਾ ਸਾਰੇ ਸੰਤਾਂ ਦਾ ਸਤਿਕਾਰ ਕਰੋ ਜਿਹੜੇ ਪ੍ਰਚਾਰ ਕਰਦੇ ਕਿਸੇ ਨੂੰ ਮਾੜਾ ਨਾ ਕਰੋ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਇਹ ਤਾਂ ਇੱਕ ਵਿਚਾਰ ਹੈ ਵੀ ਜਦੋਂ ਆਪਾਂ ਗੁਰੂ ਅੱਗੇ ਮੱਥਾ ਟੇਕਦਾ ਨਾ ਗੁਰੂ ਅੱਗੇ ਅਰਦਾਸ ਹੋ ਗਈ ਫਿਰ ਕੋਈ ਹੋਰ ਅਰਦਾਸ ਦੀ ਲੋੜ ਨਹੀਂ ਰਹਿ ਜਾਂਦੀ ਗੱਜ ਕੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਨ ਲੱਗੇ ਉਹਨੇ ਭਾਈ ਮਤੀ ਦਾਸ ਨੇ ਕੀ ਕਿਹਾ ਹੁਣ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ ਇਹ ਤੋਂ ਸੇਧ ਲੈਣੀ ਚਾਹੀਦੀ ਹੈ ਭਾਈ ਮਤੀ ਦਾਸ ਜੀ ਨੂੰ ਪੁੱਛਿਆ ਵੀ ਤੁਹਾਡੀ ਆਖਰੀ ਇੱਛਾ ਕੀ ਹੈ ਭਾਈ ਮਤੀ ਦਾਸ ਕਹਿੰਦੇ ਵੀ ਆਖਰੀ ਇੱਛਾ ਮੇਰੀ ਹੈ ਜਲਾਦ ਕਹਿੰਦੇ ਦੱਸੋ ਆਖਰੀ ਇੱਛਾ ਕੀ ਹੈ ਕਹਿੰਦਾ ਜਦੋਂ ਮੈਨੂੰ ਆਰੇ ਨਾਲ ਚੀਰਨ ਲੱਗੋਗੇ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ ਗੱਜ ਕੇ ਆਖੋ ਸਤਨਾਮ ਇਹ ਹੈ ਮੇਰੀ ਆਖਰੀ ਇੱਛਾ ਸਾਹ ਸੰਗਤ ਕਿੰਨਾ ਪਿਆਰ ਹੈ ਭਾਈ ਮਤੀ ਦਾਸ ਜੀ ਨੂੰ ਗੁਰੂ ਨਾਲ ਆਰੇ ਨਾਲ ਚੀਰਨ ਲੱਗ ਪਏ ਸਰੀਰ ਦੇ ਦੋ ਫਾੜ ਹੋ ਗਏ ਜਪਜੀ ਸਾਹਿਬ ਦੇ ਪਾੜ ਦੀ ਆਵਾਜ਼ ਆ ਰਹੀ ਹੈ ਗੱਜ ਕੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿੰਨਾ ਕੁ ਜਪਜੀ ਸਾਹਿਬ ਦਾ ਅਭਿਆਸ ਹੋਣਾ ਉਹਨਾਂ ਦਾ ਜੇ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਨਾ ਸਰੀਰ ਨੂੰ ਰੋਗ ਨਹੀਂ ਹੁੰਦਾ ਕੋਈ ਪਹਿਲਾਂ ਜਿਹੜੇ ਗੁਰਸਿੱਖ ਹੁੰਦੇ ਸੀ ਉਹਨਾਂ ਦੇ ਕੰਠ ਹੁੰਦਾ ਸੀ ਜਪਜੀ ਸਾਹਿਬ ਜਪਜੀ ਸਾਹਿਬ ਕਰ ਲਿਆ ਫਿਰ ਪ੍ਰਸ਼ਾਦਾ ਛੱਕ ਕੇ ਫਿਰ ਜਪਜੀ ਸਾਹਿਬ ਕਰ ਲਿਆ ਰੋਟੀ ਹਜ਼ਮ ਹੋ ਜਾਂਦੀ ਸੀ
ਜਿੱਦਾਂ ਆਪਾਂ ਪ੍ਰਸ਼ਾਦਾ ਛਕ ਕੇ ਮੂਲ ਮੰਤਰ ਦਾ ਜਾਪ ਕਰ ਲਓ ਜੀ ਜਪਜੀ ਸਾਹਿਬ ਕੱਟ ਨਹੀਂ ਕੋਈ ਅਨਪੜ ਰੋਟੀ ਹਜਮ ਹੋ ਜਾਂਦੀ ਹੈ ਬਾਣੀ ਦੇ ਵਿੱਚ ਤਾਕਤ ਅਹਿਸਾਸ ਹੁਣ ਮਤੀ ਦਾਸ ਦੇ ਸਰੀਰ ਦੇ ਦੋ ਹਾੜ ਹੋ ਗਏ ਤੇ ਸਾਹ ਸੰਗਤ ਪਾਠ ਦੀ ਆਵਾਜ਼ ਆ ਰਹੀ ਹੈ ਜਲਾਦ ਵੀ ਘਬਰਾ ਗਏ ਕਾਜੀ ਵੀ ਉਹ ਦੇਖਦਾ ਵੀ ਕਿੰਨੀ ਸ਼ਕਤੀ ਹੈ ਗੁਰਸਿੱਖਾਂ ਦੇ ਵਿੱਚ ਸਰੀਰ ਦੇ ਦੋ ਫਾੜ ਹੋ ਗਏ ਤੇ ਫਿਰ ਵੀ ਜੋ ਬਾਣੀ ਪੜ੍ਹਦੇ ਬਾਣੀ ਦੀ ਆਵਾਜ਼ ਆ ਰਹੀ ਹੈ ਤੇ ਸਾਹ ਸੰਗਤ ਅਖੀਰ ਨੂੰ ਜਦੋਂ ਸਮਾਪਤੀ ਹੋਈ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖਜਲੇ ਖੇਤੀ ਛੁੱਟੀ ਨਾਲ ਸਾਹ ਸੰਗਤ ਇੱਥੇ ਬਾਣੀ ਦੀ ਸਮਾਪਤੀ ਕਰਕੇ ਭਾਈ ਮਤੀ ਦਾਸ ਜੀ ਦਾ ਸਰੀਰ ਸ਼ਾਂਤ ਹੋ ਗਿਆ ਸ਼ਹੀਦੀ ਪ੍ਰਾਪਤ ਕਰ ਗਿਆ ਸਾਧ ਸੰਗਤ ਜਿਨ੍ਹਾਂ ਨੇ ਨਾਮ ਜਪਿਆ ਉਹ ਤਾਂ ਗਏ ਨੇ ਮੁਸ਼ਕਤ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਸਾੜਿਆ ਗਿਆ ਦੋ ਭਰਾ ਸੀ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਇੱਕ ਨੂੰ ਆਰੇ ਨਾਲ ਚੀਰਿਆ ਦੂਜੇ ਨੂੰ ਰੂਹ ਦੇ ਵਿੱਚ ਬੰਨ੍ਹ ਕੇ ਸਾੜਿਆ ਗਿਆ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਜਦੋਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ ਪਹਿਲੇ ਗੁਰਸਿੱਖ ਬਾਣੀ ਪੜ੍ਹਿਆ ਕਰਦੇ ਸੀ ਬਾਣੀ ਕੰਠ ਹੁੰਦੀ ਸੀ ਇਹ ਬਚਪਨ ਤੋਂ ਹੁੰਦਾ ਜਦੋਂ ਬੱਚੇ ਨੂੰ ਬਚਪਨ ਚ ਆਪਾਂ ਲਾਈਏ ਬਾਣੀ ਪੜ੍ਹਨ ਵਾਸਤੇ ਉਹ ਕੰਠ ਹੋ ਜਾਂਦੀ ਜਿੱਥੇ ਮਰਜ਼ੀ ਬਹਿ ਕੇ ਬਾਣੀ ਪੜ੍ਹ ਜਦੋਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਇੱਕ ਦਿਨ ਦੇ ਵਿੱਚ ਤਿੰਨ ਗੁਰੂ ਦੇ ਪਿਆਰਿਆਂ ਦੀ ਸ਼ਹਾਦਤ ਹੋਈ ਫਿਰ ਔਰੰਗਜ਼ੇਬ ਨੇ ਕਿਹਾ ਅਜੇ ਵੀ ਸਮਾਂ ਮੁਸਲਮਾਨ ਬਣ ਜਾਓ ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ ਔਰੰਗਜ਼ੇਬ ਕਹਿੰਦਾ ਵੀ ਤੁਹਾਡਾ ਨਾਂ ਗੁਰੂ ਤੇਗ ਬਹਾਦਰ ਕਿਉਂ ਰੱਖਿਆ ਉਹ ਤੇਗ ਦੇ ਜੋਹਰ ਵੀ ਦਿਖਾਏ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਬਹਾਦਰ ਕੋਈ ਯੋਧਾ ਹੋਵੇ ਤੇਰੀ ਨਿਗਾਹ ਦੇ ਵਿੱਚ ਤੇਰੀ ਸੈਨਾ ਦੇ ਵਿੱਚੋਂ ਸਭ ਤੋਂ ਬਹਾਦਰ ਯੋਧਾ ਕੋਈ ਹੋਵੇ ਉਹ ਲੈ ਕੇ ਆ
ਨੰਗੀ ਤਲਵਾਰ ਦੇ ਉੱਤੇ ਇੱਕ ਤੰਦ ਧਾਗੇ ਦੀ ਬੰਨੀ ਹੋ ਗਈ ਕਹਿੰਦੇ ਉਹ ਤਲਵਾਰ ਚਲਾਵੇ ਤਾਂ ਜਿਹੜੀ ਤਲਵਾਰ ਹੈ ਨਾ ਉਹ ਤੰਦ ਧਾਗੇ ਦੀ ਉਹ ਕੱਟ ਨਹੀਂ ਸਕਦੀ ਸਾਡੇ ਸਰੀਰ ਦਾ ਤਲਵਾਰ ਕੀ ਵਿਗਾੜੇਗੀ ਕਹਿ ਲਿਖੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਹਾਰਾਜ ਨੇ ਵਚਨ ਕੀਤੇ ਸੀ ਚਾਂਦਨੀ ਚੌਂਕ ਦੇ ਵਿੱਚ ਸਾਧ ਸੰਗਤ ਮਹਾਰਾਜ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਜਾਪ ਕਰਨ ਲੱਗ ਪਏ ਜਲਾਦ ਨੂੰ ਕਹਿੰਦੇ ਵੀ ਤੂੰ ਆਪਣੀ ਤਿਆਰੀ ਕਰਦਾ ਸੀ ਆਪਣੀ ਤਿਆਰੀ ਕਰਦੇ ਹਾਂ ਮਹਾਰਾਜ ਜਪਜੀ ਸਾਹਿਬ ਦਾ ਜਾਪ ਕੀਤਾ ਜਲਾਦ ਨੂੰ ਕਹਿੰਦੇ ਜਦੋਂ ਅਸੀਂ ਕਹਾਂਗੇ ਨਾ ਉਦੋਂ ਤਲਵਾਰ ਚਲਾਈ ਜਪਜੀ ਸਾਹਿਬ ਦਾ ਜਾਪ ਕੀਤਾ ਤੇ ਬਾਬਾ ਜੀਵਨ ਸਿੰਘ ਜੀ ਜਿਹਦਾ ਨਾਂ ਸੀ ਭਾਈ ਜੈਤਾ ਮਹਾਰਾਜ ਨੂੰ ਆ ਕੇ ਮੱਥਾ ਟੇਕਿਆ ਕਹਿੰਦਾ ਮਹਾਰਾਜ ਹੁਕਮ ਕਰੋ ਕੀ ਆ ਗਿਆ ਕੋਈ ਸੇਵਾ ਬਖਸ਼ੋ ਮਹਾਰਾਜ ਮਹਾਰਾਜ ਕਹਿੰਦੇ ਉਹ ਦੂਰ ਖੜ ਜਾ ਥੋੜੀ ਦੇਰ ਤੱਕ ਜਿਹੜਾ ਸਾਡਾ ਸੀਸ ਹੈ ਤੇਰੀ ਝੋਲੀ ਵਿੱਚ ਪੈ ਜਾਵੇਗਾ ਗੱਜ ਕੇ ਆਖੋ ਸਤਨਾਮ ਤੇ ਸਾਡਾ ਸੀਸ ਲੈ ਕੇ ਸਾਡਾ ਸੀਸ ਲੈ ਕੇ ਸਿੱਧਾ ਅਨੰਦਪੁਰ ਸਾਹਿਬ ਨੂੰ ਚਲੇ ਜਾਈ ਤੈਨੂੰ ਕੋਈ ਰੁਕਾਵਟ ਨਹੀਂ ਪੈਣੀ ਰਸਤੇ ਦੇ ਵਿੱਚ ਮਹਾਰਾਜ ਦਾ ਹੁਕਮ ਮੰਨ ਕੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਦੂਰ ਖਲੋ ਗਏ ਮਹਾਰਾਜ ਨੇ ਆ ਗਿਆ ਕੀਤੀ ਜਲਾਦ ਨੇ ਜਦੋਂ ਤਲਵਾਰ ਚਲਾਈ ਤਲਵਾਰ ਦਾ ਜੇ ਵਾਰ ਨਹੀਂ ਸੀ ਹੋਇਆ ਮਹਾਰਾਜ ਦਾ ਜਿਹੜਾ ਸੀਸ ਸੀ ਨਾ ਉਹ ਪਹਿਲਾਂ ਹੀ ਧੜਨਾ ਜੁਦਾ ਹੋ ਕੇ ਬਾਬਾ ਜੀਵਨ ਸਿੰਘ ਦੀ ਝੋਲੀ ਚ ਪੈ ਗਿਆ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਬੜੀ ਕਾਲੀ ਬੜੀ ਹਨੇਰੀ ਆਈ ਸਭ ਦੀਆਂ ਅੱਖਾਂ ਦੇ ਵਿੱਚ ਮਿੱਟੀ ਪੈ ਗਈ ਤੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਸੀਸ ਲੈ ਕੇ ਮਹਾਰਾਜ ਦਾ ਅਨੰਦਪੁਰ ਸਾਹਿਬ ਨੂੰ ਉੱਠ ਨੱਠੇ ਸਾਧ ਸੰਗਤ ਲੱਖੀ ਸ਼ਾਹ ਬਣਜਾਰਾ ਗੱਡੇ ਲੈ ਕੇ ਜਾ ਰਿਹਾ ਸੀ ਮਹਾਰਾਜ ਦਾ ਸਰੀਰ ਉਹਨੇ ਗੱਡਿਆਂ ਚ ਰੱਖ ਲਿਆ ਸਾਧ ਸੰਗਤ ਲੱਖੀ ਸ਼ਾਹ ਬਣਜਾਰੇ ਨੇ ਬਹੁਤ ਵੱਡੀ ਸੇਵਾ ਕੀਤੀ ਮਹਾਰਾਜ ਦਾ ਸਰੀਰ ਆਪਣੇ ਘਰ ਵਿੱਚ ਰੱਖ ਕੇ ਘਰ ਨੂੰ ਹੀ ਅੱਗ ਲਾ ਦਿੱਤੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਸੰਖੇਪ ਦੇ ਵਿੱਚ ਸਮਾਂ ਥੋੜਾ ਇਤਿਹਾਸ ਤਾਂ ਬਹੁਤ ਵੱਡਾ ਬਹੁਤ ਸੇਵਾ ਕੀਤੀ ਲੱਖੀ ਸ਼ਾਹ ਬਣਜਾਰੇ ਨੇ ਮਹਾਰਾਜ ਦੀ ਦੇਹ ਦਾ ਸੰਸਕਾਰ ਕੀਤਾ ਤੇ ਜਲਾਦ ਦੇਖਦਾ ਵੀ ਬਾਕੀ ਮਹਾਰਾਜ ਦੇ ਵਚਨ ਪੂਰੇ ਹੋਏ ਮੈਂ ਤਾਂ ਜੇ ਵਾਰ ਕੀਤਾ ਵੀ ਨਹੀਂ ਸੀ ਤਲਵਾਰ ਚੁੱਕੀ ਸੀ ਸਰੀਰ ਨੂੰ ਤਾਂ ਤਲਵਾਰ ਲੱਗੀ ਕੋਈ ਨੀ ਜਿਹੜਾ ਧਾਗਾ ਬੰਨਿਆ ਹੀ ਤਲਵਾਰ ਤੇ ਉਦਾਂ ਰਿਹਾ ਧਾਗੇ ਨੂੰ ਤਲਵਾਰ ਕੱਟ ਨਹੀਂ ਸੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਅੱਜ ਦੇ ਦਿਨ ਮਹਾਰਾਜ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਧੰਨ ਗੁਰੂ ਤੇਗ ਬਹਾਦਰ ਇਹਨਾਂ ਦੀ ਚਾਦਰ ਮਹਾਰਾਜ ਨੇ ਬਲਿਦਾਨ ਦਿੱਤਾ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਸੋ ਬੀਬੀ ਕਮਲਜੀਤ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਿੰਦੂ ਪਰਿਵਾਰ ਦੇ ਵਿੱਚੋਂ ਇਹ ਪੰਜ ਖੰਡ ਪਾਠ ਸਾਹਿਬ ਇਹਨੇ ਸੁੱਖੇ ਨੇ ਕਹਿੰਦੀ ਮਹਾਰਾਜ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਮਹਾਂਪੁਰਖੋ ਮਹਾਰਾਜ ਨੇ ਬਲਿਦਾਨ ਦਿੱਤਾ ਮੈਨੂੰ ਪੰਜ ਖੰਡ ਪਾਠ ਸਾਹਿਬ ਦੇ ਦਿਓ ਪਰ ਇਹ ਜਿਹੜਾ ਸ਼ਹੀਦੀ ਦਿਹਾੜਾ ਉਹਨਾਂ ਪੰਜ ਖੰਡ ਪਾਠ ਸਾਹਿਬ ਦੇ ਵਿੱਚ ਆਉਣਾ ਚਾਹੀਦਾ ਅੱਜ ਤੀਜਾ ਖੰਡ ਪਾਠ ਸਾਹਿਬ ਪੰਜ ਐਤਵਾਰ ਲਏ ਨੇ ਬੜੀ ਸ਼ਰਧਾ ਉਹਨਾਂ ਬਹੁਤ ਪ੍ਰੇਮ ਹੈ ਬੜਾ ਭਰੋਸਾ ਸਾਧ ਸੰਗਤ ਜਿਹੜਾ ਭਰੋਸਾ ਕਰਦਾ ਪ੍ਰੇਮ ਕਰਦਾ ਉਹਦੇ ਬੇੜੇ ਪਾਰ ਹੁੰਦੇ ਮਹਾਰਾਜ ਚੜ੍ਹਦੀਆਂ ਕਲਾਂ ਬਖਸ਼ ਕਿਰਪਾ ਕਰਨ ਆਈਆਂ ਸੰਗਤਾਂ ਦੇ ਸਿਰ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖਣ ਸਮਾਂ ਕਾਫੀ ਉੱਤੋਂ ਦਾ ਹੋ ਚੁੱਕਿਆ ਮੈਂ ਬੜੇ ਸੰਖੇਪ ਦੇ ਵਿੱਚ ਸੋ ਆਓ ਗੁਰੂ ਨਾਲ ਜੁੜੀਏ ਗੁਰੂ ਤੇ ਭਰੋਸਾ ਕਰੀਏ ਸਾਧ ਚੁੱਕ ਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਮਹਾਰਾਜ ਨਾਲ ਪ੍ਰੇਮ ਕਰੋ ਮਹਾਰਾਜ ਤੇ ਭਰੋਸਾ ਰੱਖੋ ਹਫ਼ਤੇ ਬਾਅਦ ਸਤਸੰਗ ਹੁੰਦਾ ਸਤਸੰਗ ਕਰਿਆ ਕਰੋ ਕੁਛ ਨਾ ਕੁਛ ਮਿਲਦਾ ਸਤਸੰਗ ਦੇ ਵਿੱਚ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਸਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ਟ ਹਰਿਆ ਆਓ ਸਮਾਪਤੀ ਹੈ ਮਹਾਰਾਜ ਸਭ ਦਾ ਭਲਾ ਕਰਨ
ਇਹੀ ਅਰਦਾਸ ਕਰਨੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਆਨੰਦ ਸਾਹਿਬ ਦੇ ਜਾ ਪਹੁੰਚਗੇ ਸਾਰੇ ਰਸਤੇ ਅਨੰਦਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ